ਲਗਾਤਾਰ ਵੱਧ ਰਹੀ ਗਰਮੀ ਦੇ ਕਾਰਨ ਜਿੱਥੇ ਲਗਾਤਾਰ ਨਹਿਰਾਂ ਨਦੀਆਂ ਸੂਏ ਅਤੇ ਡੈਮ ਸੁੱਕਦੇ ਨਜ਼ਰ ਆ ਰਹੇ ਨੇ ਉੱਥੇ ਹੀ ਹੁਣ ਸੈਲਾਨੀ ਵੀ ਵੱਡੀ ਗਿਣਤੀ ਦੇ ਵਿੱਚ ਪਹਾੜਾਂ 'ਚ ਪਹੁੰਚ ਰਹੇ ਨੇ ਪਰ ਪਹਾੜਾਂ ਦੇ ਵਿੱਚ ਵੀ ਪਾਣੀ ਦੀ ਬੇਹੱਦ ਕਮੀ ਹੋ ਗਈ ਹੈ ਤਾਂ ਦੱਸ ਦਈਏ ਕਿ ਪਹਾੜਾਂ ਦੇ ਵਿੱਚ ਵੀ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਕਿ 30 ਜੂਨ ਤੱਕ ਕੋਈ ਵੀ ਹੁਣ ਜੋ ਕੰਸਟਰਕਸ਼ਨ ਦਾ ਕੰਮ ਹੈ ਜਾਂ ਫਿਰ ਨਿਰਮਾਣਧੀਨ ਇਮਾਰਤਾਂ ਦਾ ਕੰਮ ਹੈ ਉਹ ਨਹੀਂ ਕਰਵਾ ਸਕੇਗਾ ਕਿਉਂਕਿ ਪਹਾੜਾਂ ਦੇ ਵਿੱਚ ਵੀ ਪਾਣੀ ਦੀ ਕਮੀ ਹੋ ਗਈ ਹੈ ਤਾਂ ਅਜਿਹੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤਾਂ ਦੱਸ ਦਈਏ ਕਿ 30 ਜੂਨ ਤੱਕ ਇਹ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਉੱਥੇ ਜੇਕਰ ਕੋਈ ਵੀ ਪਾਣੀ ਦੀ ਵੇਸਟੇਜ ਕਰਦਾ ਫੜਿਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਅਜਿਹੇ ਦੇ ਵਿੱਚ ਸਵਾਲ ਵੱਡਾ ਖੜਾ ਹੁੰਦਾ ਕਿਉਂਕਿ ਲੋਕ ਜੋ ਨੇ ਗਰਮੀ ਦੇ ਕਾਰਨ ਮੈਦਾਨੀ ਇਲਾਕੇ ਤੋਂ ਪਹਾੜਾਂ ਦੇ ਵਿੱਚ ਜਾ ਰਹੇ ਨੇ ਅਤੇ ਹੁਣ ਪਹਾੜਾਂ ਦੇ ਵਿੱਚ ਅਜਿਹੀ ਪਾਬੰਦੀ ਦਾ ਲੱਗਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਵੀ ਖੜ੍ਹੇ ਕਰਦਾ ਹੈ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਪਹਾੜਾਂ 'ਚ ਲਗਾਤਾਰ ਬਰਸਾਤ ਹੁੰਦੀ ਹੈ ਪਰ ਇਸ ਵਾਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਜੋ ਬਰਸਾਤ ਇਸ ਵਾਰ ਮੈਦਾਨੀ ਇਲਾਕਿਆਂ ਦੇ ਨਾਲ ਨਾਲ ਪਹਾੜਾਂ ਦੇ ਵਿੱਚ ਵੀ ਨਹੀਂ ਹੋ ਰਹੀ ਜਿਸ ਦੇ ਕਾਰਨ ਹੁਣ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਦੱਸ ਦਈਏ ਕਿ ਜੇਕਰ ਤੁਸੀਂ ਵੀ ਸ਼ਿਮਲੇ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਪਾਣੀ ਦੀ ਜੇਕਰ ਵੇਸਟੇਜ ਕੀਤੀ ਤਾਂ ਹੋ ਸਕਦਾ ਤੁਹਾਡੇ 'ਤੇ ਵੀ ਕਾਰਵਾਈ ਹੋ ਜਾਵੇ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 30 ਜੂਨ ਤੱਕ ਉੱਥੇ ਜੋ ਨਿਰਮਾਣ ਅਧੀਨ ਇਮਾਰਤਾਂ ਦਾ ਕੰਮ ਹੈ ਚਾਹੇ ਸਰਕਾਰੀ ਤੌਰ 'ਤੇ ਹੈ ਚਾਹੇ ਕਿਸੇ ਦੀ ਨਿੱਜੀ ਇਮਾਰਤ ਦਾ ਕੰਮ ਚੱਲ ਰਿਹਾ ਤਾਂ 30 ਜੂਨ ਤੱਕ ਹੁਣ ਉਸਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਇਹਨਾਂ ਕੰਮਾਂ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਕਿ ਪਾਣੀ ਵਾਧੂ ਲੱਗਦਾ ਤਾਂ ਪਾਣੀ ਇੱਕ ਪਾਸੇ ਜਿੱਥੇ ਪਹਾੜਾਂ ਦੇ ਵਿੱਚ ਘੱਟ ਰਿਹਾ ਤਾਂ ਉੱਥੇ ਹੀ ਕਮੀ ਨਾ ਹੋਵੇ ਲੋਕਾਂ ਨੂੰ ਇਸ ਦੇ ਲਈ ਇਹ ਪਾਬੰਦੀਆਂ ਜੋ ਨੇ ਉਹ ਲਗਾਈਆਂ ਗਈਆਂ ਨੇ ਲਗਾਤਾਰ ਵੱਧ ਰਹੀ ਗਰਮੀ ਦੇ ਕਾਰਨ ਜਿੱਥੇ ਲਗਾਤਾਰ ਨਹਿਰਾਂ ਨਦੀਆਂ ਸੂਏ ਅਤੇ ਡੈਮ ਸੁੱਕਦੇ ਨਜ਼ਰ ਆ ਰਹੇ ਨੇ ਉੱਥੇ ਹੀ ਹੁਣ ਸੈਲਾਨੀ ਵੀ ਵੱਡੀ ਗਿਣਤੀ ਦੇ ਵਿੱਚ ਪਹਾੜਾਂ 'ਚ ਪਹੁੰਚ ਰਹੇ ਨੇ ਪਰ ਪਹਾੜਾਂ ਦੇ ਵਿੱਚ ਵੀ ਪਾਣੀ ਦੀ ਬੇਹੱਦ ਕਮੀ ਹੋ ਗਈ ਹੈ ਤਾਂ ਦੱਸ ਦਈਏ ਕਿ ਪਹਾੜਾਂ ਦੇ ਵਿੱਚ ਵੀ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਕਿ 30 ਜੂਨ ਤੱਕ ਕੋਈ ਵੀ ਹੁਣ ਜੋ ਕੰਸਟਰਕਸ਼ਨ ਦਾ ਕੰਮ ਹੈ ਜਾਂ ਫਿਰ ਨਿਰਮਾਣਧੀਨ ਇਮਾਰਤਾਂ ਦਾ ਕੰਮ ਹੈ ਉਹ ਨਹੀਂ ਕਰਵਾ ਸਕੇਗਾ ਕਿਉਂਕਿ ਪਹਾੜਾਂ ਦੇ ਵਿੱਚ ਵੀ ਪਾਣੀ ਦੀ ਕਮੀ ਹੋ ਗਈ ਹੈ ਤਾਂ ਅਜਿਹੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤਾਂ ਦੱਸ ਦਈਏ ਕਿ 30 ਜੂਨ ਤੱਕ ਇਹ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਉੱਥੇ ਜੇਕਰ ਕੋਈ ਵੀ ਪਾਣੀ ਦੀ ਵੇਸਟੇਜ ਕਰਦਾ ਫੜਿਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਅਜਿਹੇ ਦੇ ਵਿੱਚ ਸਵਾਲ ਵੱਡਾ ਖੜਾ ਹੁੰਦਾ ਕਿਉਂਕਿ ਲੋਕ ਜੋ ਨੇ ਗਰਮੀ ਦੇ ਕਾਰਨ ਮੈਦਾਨੀ ਇਲਾਕੇ ਤੋਂ ਪਹਾੜਾਂ ਦੇ ਵਿੱਚ ਜਾ ਰਹੇ ਨੇ ਅਤੇ ਹੁਣ ਪਹਾੜਾਂ ਦੇ ਵਿੱਚ ਅਜਿਹੀ ਪਾਬੰਦੀ ਦਾ ਲੱਗਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਵੀ ਖੜ੍ਹੇ ਕਰਦਾ ਹੈ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਪਹਾੜਾਂ 'ਚ ਲਗਾਤਾਰ ਬਰਸਾਤ ਹੁੰਦੀ ਹੈ ਪਰ ਇਸ ਵਾਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਜੋ ਬਰਸਾਤ ਇਸ ਵਾਰ ਮੈਦਾਨੀ ਇਲਾਕਿਆਂ ਦੇ ਨਾਲ ਨਾਲ ਪਹਾੜਾਂ ਦੇ ਵਿੱਚ ਵੀ ਨਹੀਂ ਹੋ ਰਹੀ ਜਿਸ ਦੇ ਕਾਰਨ ਹੁਣ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਦੱਸ ਦਈਏ ਕਿ ਜੇਕਰ ਤੁਸੀਂ ਵੀ ਸ਼ਿਮਲੇ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਪਾਣੀ ਦੀ ਜੇਕਰ ਵੇਸਟੇਜ ਕੀਤੀ ਤਾਂ ਹੋ ਸਕਦਾ ਤੁਹਾਡੇ 'ਤੇ ਵੀ ਕਾਰਵਾਈ ਹੋ ਜਾਵੇ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 30 ਜੂਨ ਤੱਕ ਉੱਥੇ ਜੋ ਨਿਰਮਾਣ ਅਧੀਨ ਇਮਾਰਤਾਂ ਦਾ ਕੰਮ ਹੈ ਚਾਹੇ ਸਰਕਾਰੀ ਤੌਰ 'ਤੇ ਹੈ ਚਾਹੇ ਕਿਸੇ ਦੀ ਨਿੱਜੀ ਇਮਾਰਤ ਦਾ ਕੰਮ ਚੱਲ ਰਿਹਾ ਤਾਂ 30 ਜੂਨ ਤੱਕ ਹੁਣ ਉਸਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਇਹਨਾਂ ਕੰਮਾਂ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਕਿ ਪਾਣੀ ਵਾਧੂ ਲੱਗਦਾ ਤਾਂ ਪਾਣੀ ਇੱਕ ਪਾਸੇ ਜਿੱਥੇ ਪਹਾੜਾਂ ਦੇ ਵਿੱਚ ਘੱਟ ਰਿਹਾ ਤਾਂ ਉੱਥੇ ਹੀ ਕਮੀ ਨਾ ਹੋਵੇ ਲੋਕਾਂ ਨੂੰ ਇਸ ਦੇ ਲਈ ਇਹ ਪਾਬੰਦੀਆਂ ਜੋ ਨੇ ਉਹ ਲਗਾਈਆਂ ਗਈਆਂ ਨੇ।